ਸਾਰੇ ਵਰਕਰ ਬਹੁਤ ਜ਼ਿਆਦਾ ਗੁੰਡਾਗਰਦੀ ਕਰ ਰਹੇ ਆ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਪੂਰਨ ਸਿੰਘ ਜੀ ਥਾਣੇ 'ਚ ਗਏ ਲੋਕਾਂ ਨੂੰ ਇਨਸਾਫ ਦਿਲਾਉਣ ਵਾਸਤੇ, ਤੇ ਉੱਥੇ ਉਹਨਾਂ ਨੂੰ ਥਾਣੇ ਦੇ ਵਿੱਚ ਪੁਲਿਸ ਦੇ ਸਾਹਮਣੇ ਏਸੀ ਬਲਦੇਵ ਸਿੰਘ ਨੇ ਉਹਨੂੰ ਕੁੱਟਿਆ। ਸਾਹਮਣੇ ਇੱਕ ਆਮ ਆਦਮੀ ਪਾਰਟੀ ਦੇ ਲੋਕਾਂ ਨੇ ਉਹਨਾਂ ਨੂੰ ਕੁੱਟਿਆ, ਦਾੜੀ ਪੱਟੀ। ਤੇ ਹੈਰਾਨੀ ਦੀ ਗੱਲ ਹੈ, ਪੁਲਿਸ ਪਰਚਾ ਦੇਣ ਨੂੰ ਤਿਆਰ ਨਹੀਂ ਹੈ। ਆਹ ਤਾਂ ਪ੍ਰੈਸ਼ਰ ਪਿਆ ਲੋਕਾਂ ਦਾ ਤੇ ਥੋੜਾ ਪਰਚਾ ਦਿਆ, ਪਰ 295 ਜਿਹੜੀ ਦਾੜੀ ਪੁੱਟਣ ਦਾ ਜਿਹੜਾ ਹੈਗਾ, ਆਹ ਤਾਂ ਰੋਮਾਂ ਦੀ ਬੇਅਦਬੀ ਕੀਤੀ ਗਈ ਹੈ। ਇਹ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ? ਦੇਖੋ, ਮੈਂ ਪੰਜਾਬ ਪੁਲਿਸ ਨੂੰ ਅਫਸਰਾਂ ਬੇਨਤੀ ਕਰਨਾ ਚਾਹੁੰਦਾ, ਇਨਸਾਫ ਦਿਓ। ਅੱਜ ਤੱਕ ਜੋ ਹਾਲਾਤ ਹੈ ਪੰਜਾਬ ਦੇ, ਗੁੰਡਾਗਰਦੀ ਹੋ ਰਹੀ ਹੈ। ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਹੈ, ਲੁੱਟਣ 'ਤੇ ਲੋਕ ਲੱਗੇ ਆ, ਝੂਠੇ ਪਰਚੇ ਕਰਾਉਣ 'ਤੇ ਲੱਗੇ ਆ, ਡਰਾਉਣ 'ਤੇ ਲੱਗੇ ਆ। ਆਹ ਸੋਚਦੇ ਆ ਕਿ ਝੂਠੇ ਪਰਚੇ ਕਰਕੇ, ਡਰਾ ਕੇ, ਕੁੱਟ ਕੇ ਅਸੀਂ ਲੋਕਾਂ ਨੂੰ ਆਪਣੇ ਨਾਲ ਜੋੜਾਂਗੇ। ਐਂ ਨਹੀਂ ਜੁੜਦੇ ਲੋਕ। ਜਿੰਨਾ ਤੁਸੀਂ ਧੱਕਾ ਕਰੋਗੇ, ਉਨੇ ਪੰਜਾਬੀ ਤੁਹਾਡੇ ਖਿਲਾਫ ਹੋਰ ਹੋਣਗੇ। ਸਰਕਾਰ ਨੇ ਜਿਹੜਾ 2022 ਤੋਂ ਲੈ ਕੇ ਹੁਣ ਤੱਕ ਖਰਚਾ ਲਿਆ 30,000 ਕਰੋੜ ਦਾ। ਥੈਂਕ ਯੂ।